ਰੇਟ ਜੇ ਤੁਹਾਨੂੰ ਦੱਸਗੇ ਤਾਂ ਹੈਰਾਨ ਹੋ ਜਾਊਗੇ, ਇੰਨੇ ਰੇਟ 'ਚ ਮੈਨੂੰ ਨਹੀਂ ਲੱਗਦਾ ਕੋਈ ਜੀਪ ਤਿਆਰ ਹੋ ਜੂਗੀ, ਜਮਾਂ ਕੰਮ ਓਕੇ ਹੋ ਜੂਗਾ ਵੀ ਇੰਜਣ। ਹਰੀ ਯਾਰ ਆਪਾਂ ਨੂੰ ਤਾਂ ਇਹ 2 ਲੱਖ 'ਚ ਪਈ ਨਹੀਂ, ਹਲੇ ਪਈ ਨਹੀਂ, ਘਾਟਾ ਥੱਲੇ ਥੱਲੇ ਆ। ਅਤੇ ਬਾਈ ਗੇਅਰ ਕਿਹੜਾ ਆ ਗਿਆ ਇਹਦੇ? ਗੇਅਰ ਇਹਦੇ ਨੋਵਾ ਦਾ, ਨੋਵਾ ਵਾਲਾ ਇੱਕ ਆਪਾਂ ਸਟੀਅਰਿੰਗ ਸਿੰਪਲ ਰੱਖੀ। ਸਿੰਪਲ ਸਟੀਅਰਿੰਗ ਆ, ਇਹਦਾ ਫਾਇਦਾ ਕੀ ਆ ਰੱਖਣ ਦਾ? ਇਹਦਾ ਫਾਇਦਾ ਵਿੱਚ ਨਹੀਂ ਮਾਰਦੀ। ਠੀਕ ਆ, ਛੋਟੀ ਆ ਨਾ ਹੈਗੀ, ਹੈ ਨਾ। ਹਾਂਜੀ ਦੋਸਤੋ, ਆਪਣੇ ਮਿੱਤਰ ਨੇ ਨਾ ਜੀਪ ਤਿਆਰ ਕੀਤੀ ਆ, ਜੀਪ ਬਹੁਤ ਹੀ ਘੱਟ ਰੇਟ ਦੇ ਵਿੱਚ ਤਿਆਰ ਕੀਤੀ ਆ, ਬਹੁਤ ਸੋਹਣੀ ਤਿਆਰ ਕੀਤੀ ਆ, ਜਿੰਨੀ ਵੀ ਕੀਤੀ ਆ, ਅਤੇ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਨਾ। ਬੜਾ ਜਗਾੜੀ ਬੰਦਾ ਹੈਗਾ, ਟਰੈਕਟਰਾਂ ਦਾ ਤਾਂ ਮਕੈਨਿਕ ਹੈਗਾ ਹੀ ਹੈਗਾ ਗਾ, ਅਤੇ ਬਾਈ ਜੀਪਾਂ ਜੂਪਾਂ ਵੀ ਮਾੜੀਆਂ ਮੋਟੀਆਂ ਤਿਆਰ ਕਰ ਦਿੰਦਾ ਗਾ, ਜਿਵੇਂ ਆਹ ਜੀਪ ਇਹਨੇ ਆਪ ਵਾਸਤੇ ਤਿਆਰ ਕੀਤੀ ਹੈ, ਜਿਵੇਂ ਸਮਾਨ ਸਮੂਨ ਲੈ ਕੇ ਆਉਣਾ ਹੁੰਦਾ। ਅਤੇ ਬਾਕੀ ਮੈਂ ਚਲਾ ਕੇ ਵੇਖੀ ਆ ਕਿਹੜਾ ਇੰਜਣ ਆ, ਕਿਹੜਾ ਗੇਅਰ ਆ, ਕਿੰਨਾ ਖਰਚਾ ਆ ਗਿਆ, ਇਹ ਤੁਹਾਨੂੰ ਸਾਰਾ ਦੱਸਾਂਗੇ ਇਸ ਵੀਡੀਓ 'ਚ। ਅੱਜ ਮਿਲਾਉਂਦੇ ਹਾਂ ਬਾਈ ਨਾਲ, ਅਲੀ ਜਲਾਲ ਨਾਲ, ਹੈ ਨਾ। ਕੀ ਹਾਲ ਆ ਬਾਈ? ਕੀ ਹਾਲ ਆ ਬਾਈ? ਵਧੀਆ ਵਧੀਆ। ਹੋਰ ਸੈੱਟ ਆ? ਬਹੁਤ ਵਧੀਆ ਬਾਈ, ਜੀਪ ਸੋਹਣੀਆਂ ਮੁਬਾਰਕਾਂ ਤੈਨੂੰ ਪਹਿਲਾਂ, ਹੈ ਨਾ। ਮੁਬਾਰਕਾਂ ਤੈਨੂੰ। ਹਾਂ, ਬਹੁਤ ਵਧੀਆ, ਸੋਹਣੀਆਂ ਬਾਈ, ਹਾਂ। ਜਿਵੇਂ ਆਪਾਂ ਗੱਲ ਕਰੀ ਸੀ ਨਾ ਵੀ ਬੰਦਾ ਤਾਂ ਬਾਹਲਾ ਜਗਾੜੀ ਹੈ ਨਾ, ਮਿਸਤਰੀ ਹੈਗਾ, ਟਰੈਕਟਰਾਂ ਦਾ ਤਿਆਰ ਤੁਰ ਕਰ ਲੈਂਦਾ ਹੈਗਾ ਜੀਪਾਂ, ਅਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਹੈ ਨਾ। ਵੀ ਮੈਂ ਜਿਵੇਂ ਕਹੀ ਸੀ ਵੀ ਬਹੁਤ ਹੀ ਘੱਟ ਰੇਟ 'ਚ ਤਿਆਰ ਕਰਤੀ ਇਹ। ਹਾਂ, ਇਹ ਬਹੁਤ ਘੱਟ ਰੇਟ 'ਚ ਤਿਆਰ, ਅਤੇ ਇਹ ਛੋਟੀ ਬਾਡੀ ਵਾਲੀ ਬਾਈ ਵੀ ਹੈ। ਛੋਟੀ ਬਾਡੀ ਹੈ, ਠੀਕ ਆ। ਮਿੰਨੀ ਆਪਾਂ ਕਹਿ ਲਈ, ਬਿੱਲੀ ਜੀਪ ਕਹਿ ਸਕਦੇ ਬਿੱਲੀ ਜੀਪਾਂ ਨੂੰ। ਇਹਨੂੰ ਉਹ ਮਿਲਟਰੀ ਵਾਲੀ ਕਹਿੰਦੇ ਆ, ਉਹ ਬਿੱਲੀ ਹੋਰ ਹੁੰਦੀ ਹੈ। ਅੱਛਾ ਅੱਛਾ, ਬਿੱਲੀ ਤਾਂ ਆਪਾਂ ਸੌਂਕ ਨੂੰ ਤਿਆਰ ਕਰਦੇ ਸੀ, ਇਹ ਸਹੀ ਮਿਲਟਰੀ ਵਾਲੀ ਹੈ। ਮਿਲਟਰੀ ਵਾਲੀ ਆ, ਠੀਕ ਆ। ਜਿਹੜੀਆਂ ਪਹਿਲਾਂ ਪਤਲੇ ਪਤਲੇ ਟਾਇਰਾਂ ਵਾਲੀਆਂ ਹੁੰਦੀਆਂ, ਉਹ ਚਾਸੀ ਕਿਹੜੀ ਆ ਗਈ ਬਈ? ਚਾਸੀ ਕਿਹੜੀ ਜੀਪ ਦੀ ਹੈ? ਜੀਪ ਦੀ ਆ, ਇੱਕ ਬਾਡੀ ਹੈ, ਬਾਡੀ ਹੈ। ਆ ਹਿੱਸਾ ਮੂਰਲਾ ਮਾਰਸ਼ਲ ਦਾ, ਮਾਰਸ਼ਲ ਵਾਲਾ, ਠੀਕ ਆ। ਮਗਰਲਾ ਵੀ ਮਾਰਸ਼ਲ ਦਾ, ਠੀਕ ਆ। ਤੇ ਇਹਦਾ ਇੰਜਣੇ ਚ ਬਲੈਰੋ ਦਾ ਦਿਖਾਇਓ ਬਈ, ਖੋਲ ਕੇ ਪਿਕਅਪ ਦਾ, ਬਲੈਰੋ ਪਿਕਅਪ ਦਾ, ਹੈ ਹਾਂ। ਤੇ ਇੱਕ ਮੈਂ ਨਾ ਬੰਦ ਉਵੇਂ ਜੇ ਕਰੀ ਸੀ ਇਹ, ਕੋਈ ਆਪਾਂ ਦਿਖਾਉਣੇ ਆ ਤੁਹਾਨੂੰ, ਉਹ ਗੱਲ ਕਰਦੇ। ਚਾਬੀ ਤੇ ਨਹੀਂ ਹੋਈ? ਚਾਬੀ ਤੇ ਨਹੀਂ ਹੋਈ, ਉਹ ਚੋਕ ਵਾਲੀ ਹੈ ਨਾ। ਅੱਛਾ, ਇਹ ਚੋਕ ਵਾਲਾ ਪੰਪ ਹੈਗਾ, ਇਹ ਆਪਾਂ ਕਹਿ ਲਈਏ ਇਨਲਾਈਨ ਵਾਲਾ ਆ ਗਿਆ, ਜਿਵੇਂ ਕਹਿੰਦੇ ਟਰੈਕਟਰ ਵਾਲਾ, ਹਾਂ। ਜਿਵੇਂ ਇੱਕ ਰੂਟਰੀ ਆਉਂਦਾ, ਚਾਬੀ ਤੇ ਬੰਦ ਹੋ ਜਾਂਦਾ, ਬੰਦ ਹੁੰਦਾ ਹੈ, ਚੋ ਉਹ ਚਾਬੀ ਤੇ ਬੰਦ ਹੁੰਦਾ, ਹਾਂ। ਇਹ ਆਪਾਂ ਚੋਕ ਤੇ ਬੰਦ। ਕਿੰਨੇ ਦਾ ਪਿਆ ਬਾਈ ਇਹ ਇੰਜਣ? ਇਹ ਇੰਜਣ ਤਾਂ ਯਾਰ ਬਸ ਜ਼ਿਆਦਾ ਉਹਨੂੰ ਆਪਣੇ ਯਾਰ ਨੂੰ ਪਤਾ, ਸੁੱਖੇ ਨੂੰ। ਅੱਛਾ, ਇਹਦਾ ਵਾ ਗਿਫਟ ਦਿੱਤਾ, ਕਹਿ ਸਮਝ ਲਾ ਮਾਨ ਸਾਹਿਬ, ਗਿਫਟ ਆ ਵੀ, ਮੰਨ ਕੇ ਤਾਂ ਰੇਟ ਦਾ ਇਹਦਾ ਵਿੱਚ ਕੋਈ ਉਹ ਨਹੀਂ ਗਾ। ਲੋਕ ਆਪਾਂ ਨੂੰ ਕਮੈਂਟ ਕਰਦੇ ਸੀ ਨਾ ਵੀ ਤੁਸੀਂ ਮੂਸਿਆਂ ਦਾ ਟਰੈਕਟਰ ਫ੍ਰੀ ਕੇ ਲੋਡ ਕਰਕੇ ਆਉਣੇ, ਹਾਂ। ਉਹਨਾਂ ਕੋ ਉਹਨਾਂ ਨੇ ਮੁੱਲ ਮੋੜਿਆ। ਅੱਛਾ, ਠੀਕ ਆ। ਉਹਨਾਂ ਨੇ ਲਵਾਇਆ ਸੀ, ਆ ਜਾਣਦੇ ਹੋਗੇ ਨਾ, ਮੈਂ ਤਾਂ ਗਿਆ ਨਹੀਂ ਗਿਆ, ਮੈਨੂੰ ਜ਼ੋਰ ਲਾ ਹਟੇ, ਕਹਿੰਦੇ ਆ ਚੱਲਦੇ ਆਪਾਂ ਮੂਸੇ ਪਿੰਡ, ਟਰੈਕਟਰ ਬਾਈ ਯਾਰ ਸੁੱਖਾ ਭਾਈ ਰੁਪਏ ਵਾਲਾ ਬਾਈ ਵਾਲੀ, ਹੈ ਨਾ, ਇਹਨਾਂ ਨੇ ਗੇਅਰ ਦਾ ਕੰਮ ਕਰਕੇ ਆਏ ਹੈਗੇ, ਚਲੋ ਹੁਣ, ਹਾਂ ਬਹੁਤ ਵਧੀਆ। ਅਤੇ ਬਾਕੀ ਠੀਕ ਆ, ਇਹ ਇੰਜਣ ਹੋ ਗਿਆ, ਅਤੇ ਉਦੋਂ ਬਾਅਦ ਆਹ ਸ਼ੀਲਡ ਲਾਈ ਇਹਦੇ, ਆਹੀ ਵਿੱਚ ਉਹ ਇੱਥੇ ਨਾ ਬਾਡੀ ਬਾਹਲੀ ਉਹ ਹੁੰਦੀ ਹੈ, ਹੀਟ ਹੋਣ ਤੋਂ, ਹਾਂ ਹੀਟ ਹੋਣ ਤੋਂ, ਆਹ ਵਿੱਚ ਲਾਤਾ ਸੀ ਹੁਣ ਉਹਦੇ ਮੁੰਡੇ ਨੇ ਆਪਣੇ, ਹਾਂ ਇੱਕ ਤਾਂ ਖੜਕਾ ਜਿਹਾ ਉਹਨੂੰ ਹਟ ਗਿਆ, ਠੀਕ ਹੈ। ਆਪ ਬਈ ਆਹ ਜੀਪ ਤਿਆਰ ਕਰੀ ਆ, ਹੈ ਨਾ, ਅਤੇ ਮੈਨੂੰ ਨਹੀਂ ਲੱਗਦਾ ਕੋਈ ਕਮੀ ਛੱਡੀ ਹੋਊਗੀ, ਐਵੇਂ ਆਪਾਂ ਕਹੀ ਜਾਈਏ। 5 ਮਾਡਲ ਦਾ ਇੰਜਣ, 5 ਮਾਡਲ ਦਾ ਇੰਜਣ ਆ, ਬੈਂਟਰੀ ਨਵੀਂ ਧਰਾਤੀ ਆ, ਰੇਡੀਏਟਰ ਵਗੈਰਾ, ਹੈ ਨਾ, ਅਤੇ ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ। ਅਤੇ ਬਾਕੀ ਜਿਹੜਾ ਨਿੱਕਾ ਮੋਟਾ ਕੰਮ ਹੁੰਦਾ, ਜਿਵੇਂ ਆਹ ਚਾਸੀ ਚੂਸੀ ਸਾਰੀ ਰੰਗ ਕੀਤੀ ਵੀ ਆ, ਅਤੇ ਬਈ ਗੇਅਰ ਕਿਹੜਾ ਆ ਗਿਆ ਇਹਦੇ? ਗੇਅਰ ਇਹਦੇ ਨੋਵਾ ਦਾ, ਨੋਵਾ ਵਾਲਾ, ਹਾਂ, ਨੋਵਾ ਗੱਡੀ ਨਹੀਂ ਜਿਹੜੀ, ਹਾਂ ਹਾਂ ਹਾਂ, 2010 ਮਾਡਲ ਦਾ ਉਹ ਗੇਅਰ, ਉਹਦੇ 'ਚ ਇਹ ਆ ਗੇਅਰ ਆ ਗਿਆ, ਹੈ, ਠੀਕ ਆ। ਅੰਦਰੋਂ ਤੁਹਾਨੂੰ ਦਿਖਾਈਏ, ਹੈ ਨਾ, ਆਹ ਲੀਵਰ ਮੁੱਠਾ ਵੀ ਨੋਵਾ ਵਾਲਾ, ਉਹੀ ਰੱਖਿਆ ਆਪਾਂ, ਪਹਿਲਾਂ ਸਕਾਰਪੀਓ ਦਾ ਲੱਗਿਆ ਵਾ, ਠੀਕ ਆ। ਅਤੇ ਪਿੱਛੇ ਸੀਟਾਂ ਲਾਈਆਂ ਜੀ, ਕਿ ਸਮਾਨ ਕੱਢ ਕੇ ਰੱਖਿਆ ਸਮਾਨ ਦਾ ਕਰਕੇ, ਠੀਕ ਆ। ਹਾਂ, ਇੱਥੇ ਵਿੱਚ ਬਣੀ ਵੀ ਆਪਣੇ ਕੋਲ ਸੀਟ, ਉਹ ਕੱਢ ਕੇ ਰੱਖ ਲਈ ਸੀ, ਰਾਤ ਅਸੀਂ ਸਮਾਨ ਲੈਣ ਗਏ ਸੀ ਮੁੱਗ, ਠੀਕ ਆ, ਤਾਂ ਹੀ ਤਾਂ ਲਿਬੜ ਲੁਬੜ ਜੇ ਬੜੀ ਗਈ। ਓਕੇ, ਹੁਣ ਤਾਂ ਮਤਲਬ ਰੇਟ ਜੇ ਤੁਹਾਨੂੰ ਦੱਸਗੇ ਤਾਂ ਹੈਰਾਨ ਹੋ ਜਾਊਗੇ, ਇੰਨੇ ਰੇਟ 'ਚ ਮੈਨੂੰ ਨਹੀਂ ਲੱਗਦਾ ਕੋਈ ਜੀਪ ਤਿਆਰ ਹੋ ਜੂਗੀ, ਜਮਾਂ ਕੰਮ ਓਕੇ ਹੋ ਜੂਗਾ ਵੀ ਇੰਜਣ ਦਾ, ਗੇਅਰ ਦਾ। ਅਤੇ ਭਾਈ ਦੀ ਬਹੁਤ ਆ, ਭਿਆ ਭਿਉ ਕੇ ਦੇਖੀ ਅਸੀਂ। ਅਤੇ ਐਵਰੇਜ ਕਿੰਨੀ ਕਹਦੀ? ਐਵਰੇਜ 20 ਪੂਰੀ ਦੀ ਦੇਊ ਬਜਿੰਦਰ, 20 ਦੀ ਐਵਰੇਜ। ਰਾਤ ਨੇ 500 ਦਾ ਤੇਲ ਪਵਾਇਆ ਸੀ, 500 ਦਾ ਤੇਲ ਪਵਾਇਆ ਸੀ ਮੈਂ, ਹਾਂ। ਅਤੇ ਗੇਅਰ ਜੀ ਤਾਂ ਉੱਥੀ ਹੈਗੀ ਜਿੱਥੇ ਪਹਿਲਾਂ ਸੀ, ਠੀਕ ਆ, ਮਤਲਬ 400-500 ਦਾ ਹੀ ਖਾਧਾ ਹੋਊ, ਠੀਕ ਆ।
ਕੋਈ ਮੈਨੂੰ ਬੜਾ ਫਰਕ ਨਹੀਂ ਲੱਗਿਆ, ਪਹਿਲਾਂ ਟਵਾਟਾ ਦਾ ਇੰਜਨ ਸੀਗਾ, ਟਵਾਟਾ ਵਾਲਾ ਸੀ, ਤੇ ਤੂੰ ਵੇਖਿਆ ਤੇਰੇ ਨਾਲ ਕਿਵੇਂ ਕੀਤੀ? ਹਾਂ ਹਾਂ, ਉਹ ਤਾਂ ਮੂੰਹ ਮੇਰਾ ਭਰਤਾ ਸੀ, ਮੂੰਹ ਸਾਰਾ ਕਾਲਾ ਕਰ ਦਿੰਦਾ ਸੀ, ਬੜਾ ਉਹ ਚਿੱਤ ਜਿਹਾ ਖਿੱਚਦਾ ਸੀਗਾ। ਠੀਕ ਹੈ, ਜਦੋਂ ਉਹਨੂੰ ਚਲਾਉਂਦੇ ਸੀ, ਇਹਨੂੰ ਚਲਾਉਂਦਾ ਹੈ ਖੁਸ਼ੀ ਜੀ ਮਿਲਦੀ, ਬੈਕਅਪ ਵੀ ਹੈ ਨਾ, ਬਲੈਰੋ ਵਾਲੀ ਚੀਜ਼ ਹੋਰ ਚੀਜ਼ ਹੈ, ਛਾਲ ਮਾਰ ਕੇ ਉੱਠਦਾ ਯਾਰ। ਤੇ ਖਰਚਾ ਜੇ ਦੱਸੀਏ ਤੇਰਾ ਹੁਣ ਤੱਕ ਬਈ, ਤੇ ਰੰਗ ਸਾਰਾ ਸਣੇ ਤਿਆਰ ਤੂਰ ਕਰਨ? ਹਾਂ ਹਾਂ ਹਾਂ, ਸਾਰੀ ਯਾਰ ਆਪਾਂ ਨੂੰ ਤਾਂ ਇਹ 2 ਲੱਖ 'ਚ ਪਈ ਨਹੀਂ, ਹਾਲੇ ਪਈ ਨਹੀਂ, ਘਾਟਾ ਥੱਲੇ ਥੱਲੇ ਆ, ਹਾਲੇ ਥੱਲੇ, ਜੇ ਮਤਲਬ ਟਾਇਰ ਟੂਰ ਪਾ ਕੇ ਟੱਪ ਜੂ, ਟਾਇਰ ਟੂਰ ਪਾ ਕੇ ਉਹ ਪੈ ਜੂਗੀ, ਬਸ ਪੈ ਜੂਗੀ, ਟਾਇਰ ਤਾਂ ਹੈਗੇ ਆ, ਟਾਇਰ ਹਲੇ ਹੀ ਨੇ ਪਏ ਸੀ, ਟਾਇਰ ਕੱਲ੍ਹ ਪਾਉਣ ਗਏ ਸੀ। ਠੀਕ ਹੈ, ਹੁਣ ਕੋਈ ਰੇਟ ਜਾਂ ਨਹੀਂ ਬਣਾਇਆ ਸਾਡੇ, ਹਾਂ ਫਿਰ ਤਾਂ ਹੀ ਨਹੀਂ ਪਾ ਕੇ, ਸਟਾਰ ਸਰੂਟ ਕਰਕੇ ਦਿਖਾਈਏ ਆਪਾਂ, ਹਾਂ ਆ ਲਾਈਏ ਤਾਂ ਬਈ ਕੋਰਨਰ ਜਾ, ਬਾਕੀ ਜਿਵੇਂ ਆਪਾਂ ਕਹਿ ਦਿੰਦੇ ਨਾ ਕੰਮ ਵਾਸਤੇ ਤਿਆਰ ਕਰਾਉਣੀ, ਖੇਤੀਬਾੜੀ ਵਾਸਤੇ ਜਾਂ ਛੌਂਕ ਨੂੰ ਤਿਆਰ ਕਰਾਉਣੀ ਆ, ਹਾਂ ਤਾਂ ਮਤਲਬ ਉਹ ਵੀ ਥੋੜ੍ਹਾ ਜਿਹਾ ਵੱਧ ਖਿੱਚ ਕੇ ਲੈ ਜਾਂਦੀ, ਜਿਵੇਂ ਆਪਾਂ ਉਹ ਰੱਖਣੀ ਆ ਹਨਾ, ਉਹ ਤਾਂ ਰਹਿ ਨਾ, ਜਿਵੇਂ ਕਈ ਤਾਂ ਬੜਾ ਸਮਾਨ ਲਈ ਜਾਂਦੇ, ਟਾਇਰ ਟੂਰ ਵੱਡੇ ਚੌੜੇ ਲਾਤੇ, ਕੋਈ ਮਿਊਜ਼ਿਕ ਸਿਸਟਮ ਲਾਤਾ ਵੱਡਾ, ਇਹਨਾਂ ਚੀਜ਼ਾਂ ਕਰਕੇ ਹੋ ਸਕਦਾ ਫਰਕ ਪੈ ਜਾਂਦਾ ਹੋਵੇ, ਪਰ ਮੈਨੂੰ ਲੱਗਦਾ ਵੀ ਜਿਵੇਂ ਇੱਥੇ ਰੱਖਣੀ ਹੋਵੇ ਇੰਨੇ ਕੁ ਖਰਚੇ ਵਾਲੀ ਜੀਪ ਬੰਦੇ ਵਾਸਤੇ ਸਹੀ ਆ, ਪਾਸਿੰਗ ਪੂਸਿੰਗ ਹੈਗੀ ਆ, ਹੋ ਜਾਂਦੀ ਇਹਦੀ ਪਾਸਿੰਗ, ਹੋ ਜਾਂਦੀ ਆ, ਸਾਇਲੈਂਟ ਜਾ ਹਨਾ, ਹਾਂ ਇੰਜਣ ਵਾਜਬੀ ਬਹੁਤ ਵਧੀਆ, ਪੱਖਾ ਪੁੱਖਾ ਲਾ ਯਾਰ, ਏਸੀ ਉਸੀ ਹੈ ਨਹੀਂ, ਇਹਦੇ ਜਿਵੇਂ ਇੱਕ ਬਲੂਰ ਦੇ ਹੁੰਦੇ ਆ ਬਿੰਦਰ, ਠੀਕ ਆ, ਨਿੱਕੇ ਨਿੱਕੇ ਜੀ, ਹਾਂ ਉਹ ਕੋਈ ਮਿੱਤਰ ਆਪਣਾ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ, ਠੀਕ ਆ, ਉਹ ਕਹਿੰਦਾ ਲਾ ਜਾਵਾਂਗੇ ਆਪਾਂ, ਕਿਆ ਬਾਤ ਆ, ਆਹ ਹੁਣ ਸਾਇਲੈਂਟ ਥੋੜ੍ਹੀ ਰੇਸ 'ਤੇ ਚੱਲੀ ਜਾਂਦੀ ਆ, ਲੋ ਆਰ ਪੀ ਐਮ ਜੇ 'ਤੇ, ਬਾਕੀ ਇੱਥੇ ਵੀ ਸਾਰਾ ਰੇਸਾ ਰੂਸਾ ਨਵਾਂ ਲਾਂਗਾ ਨਾ ਤਾਂ ਕਰਕੇ, ਠੀਕ ਆ, ਟਾਈਟ ਆ ਹਨਾ, ਹਾਂ, ਅਤੇ ਬਾਕੀ ਰੰਗ ਰੁੰਗ ਤਾਂ ਜਿਵੇਂ ਆਪਾਂ ਆ ਜਾਂਦਾ ਗਾ, ਫਿਨਿਸ਼ ਜਿੱਦਾਂ ਦੀ ਹੋ ਜਾਂਦੀ ਉਹ ਮੈਂ ਕਰ ਲਿਆ ਉਹਨੂੰ, ਕੋਈ ਨਹੀਂ, ਉਹ ਤਾਂ ਤੂੰ ਐਂ ਵੇਖ ਲਾ ਵੀ ਆਪ ਕਰਿਆ ਆਪਾਂ, ਮੈਨੂੰ ਕਰਕੇ ਦੇਂਗਾ ਫਿਰ ਤਿਆਰ, ਹਾਂ ਹਾਂ, ਜਿਹੜੇ ਮਿੱਤਰ ਐ ਸੌਂਕ ਵਾਲਾ ਹੈਗਾ, ਜਿਵੇਂ ਆਪਾਂ ਆਪਦੇ ਹੱਥ ਚਾਰ ਕੇ, ਹਾਂ ਐਂ ਕਰਦੇ, ਠੀਕ ਹੈ, ਕਿਸਾਨੀ ਅੰਦੋਲਨ ਦੇ ਟਰੈਕਟਰਾਂ ਦੀ ਫ੍ਰੀ ਰਿਪੇਅਰ ਕੀਤੀ ਜਾਂਦੀ ਆ, 9463395548 ਪਿੰਡ ਜਲਾਲ ਬਠਿੰਡਾ ਹੈ, ਆਪਣੀ ਵਰਕਸ਼ਾਪ ਪਿੰਡ ਜਲਾਲ ਚੱਕੀਏ, ਕੀ ਨਾਂ ਤੇ, ਵਿਸ਼ਕਰਮਾ, ਵਿਸ਼ਕਰਮਾ, ਉਹਨੂੰ ਤਾਂ ਦੋ ਵਾਰ ਇੱਕ ਹੋਰ ਖੋਲੇਗੀ ਸੱਚ, ਹਾਂ ਹਾਂ ਹਾਂ, ਇਹ ਵੀ ਬੰਦੇ ਮੜੀ ਗੌਰ ਕਰ ਲੈਣ ਬਈ, ਹਾਂ ਹਾਂ, ਆਪਣੇ ਨਾਲ ਨਾ ਇੱਕ ਮੁੰਡੇ ਨੇ ਇੱਥੇ ਜਲਾਲ ਵਰਕਸ਼ਾਪ ਕੀਤੀ ਹੈ ਹੋਰ, ਠੀਕ ਆ, ਨਾ ਉਹਨੇ ਵੀ ਸੇਮ ਹੀ ਰੱਖਿਆ, ਠੀਕ ਆ, ਬਾਬਾ ਵਿਸ਼ਕਰਮਾ, ਇਹ ਆਪਣਾ ਗਾਂਹ ਜਾ ਕੇ ਹੈ ਨਾ, ਨਾਲ ਹੀ ਆ, ਹਾਂ ਆਪਣਾ ਹੈਗਾ ਆਪਣੇ ਅੱਡੇ ਦੇ ਕੋਲੇ ਆ, ਅੱਡੇ ਕੋਲੇ, ਬਾਕੀ ਆਪਣਾ ਮੇਰਾ ਨਾਮ ਅਲੀ ਪੁੱਛ ਲੈ ਨਾ, ਅਲੀ, ਹਾਂ ਠੀਕ ਆ, ਅਤੇ ਬਾਕੀ ਇੰਨੇ ਕੁ ਰੇਟ 'ਤੇ ਯਾਰ ਦੱਸਿਓ ਨਾ, ਜਾਇਜ਼ ਹੀ ਹੈਗੀ, ਅਤੇ ਸਾਰੀ ਵਧੀਆ, ਹਾਂ ਹਾਂ ਉਹ ਵੱਜ ਜਾਂਦਾ ਜਦੋਂ ਆਪਾਂ, ਹਾਂ ਉੱਥੇ ਪਤਾ ਲੱਗਦਾ, ਕੱਲ੍ਹ ਨੂੰ ਰੇਟ ਬਹੁਤ ਆ ਉੱਥੇ ਬਾਈ, ਜਿਹੜਾ ਮੁੰਡੇ ਨੂੰ ਨਾ ਕੱਪੜਾ ਲਵਾਉਣ ਭੇਜਿਆ ਸੀ ਮੈਂ, ਹਾਂ ਉਹ ਪਤਾ ਕਰਨ ਲੱਗ ਗਿਆ ਉੱਥੇ, ਉਹ ਕਹਿੰਦਾ ਬਈ ਯਾਰ 3-3 ਲੱਖ ਰੁਪਇਆ ਮੰਗੀ ਜਾਂਦੇ ਆ ਕਹਿੰਦਾ, ਅਤੇ ਆਹ ਮਤਲਬ ਇੰਨੇ ਕੁ 'ਚ ਜੇ ਰੱਖਣੀ ਹੋਵੇ ਇੱਥੇ ਵੀ ਹੈ ਨਾ, ਅਤੇ ਭਾਂਦੀ ਇਹਦੇ ਟਾਇਰ ਪਵਾ ਲਾ ਜੇ ਇਹਦੇ ਮਰਜ਼ੀ, ਰੰਗ ਜੇ ਇਹਦਾ ਮਰਜ਼ੀ ਕਰਵਾ ਲਓ ਹੈ ਨਾ ਯਾਰ, ਇਹ ਪਾ ਮੇਰੇ ਹਿਸਾਬ ਦੇ ਨਾਲ ਵੀ ਆਪਾਂ ਨੂੰ ਟਾਇਰ ਲਾਏ ਪਵਾ ਕੇ, ਹਾਂ 2 ਲੱਖ 'ਚ, ਠੀਕ ਆ, ਇੱਥੇ 'ਚ ਪਊ ਹੈ ਨਾ, ਬਿਲਕੁਲ 2 ਕੁ ਲੱਖ ਦੇ ਜਾਂ ਥੱਲੇ ਥੱਲੇ ਲਾ ਲਾ, 2.5 ਕੁ ਥੱਲੇ, ਹਾਂ ਬਹੁਤ ਵਧੀਆ ਸੋਹਣੀ ਹੈ ਨਾ ਤਿਆਰ ਹੋਈ ਆ, ਹਾਂ ਹਾਂ, ਵੀ ਜਿੰਨੀ ਮਰਜ਼ੀ ਭਜਾਈ ਚੱਲ, ਠੀਕ ਆ, ਨਾ ਤਾਂ ਇਹ ਗਰਮ ਹੋਵੇ, ਹਾਂ ਇੱਕ ਆਪਾਂ ਸਟੀਅਰਿੰਗ ਸੈਂਪਲ ਰੱਖੀ, ਸਿੰਪਲ ਸਟੀਅਰਿੰਗ ਆ, ਇਹਦਾ ਫਾਇਦਾ ਕੀ ਆ ਰੱਖਣ ਦਾ, ਇਹਦਾ ਫਾਇਦਾ ਵਿੱਚ ਨਹੀਂ ਮਾਰਦੀ, ਠੀਕ ਆ, ਛੋਟੀ ਆ ਨਾ ਹੈਗੀ ਹੈ ਨਾ, ਛੋਟੀ ਕਰਕੇ ਜੇ ਪਾਵਰ ਕਰ ਦਿੰਦੇ ਇਹਨੂੰ, ਫਿਰ ਛੋਟੀ ਕਰਕੇ ਲੀਚੀ ਵਾਲੀ, ਲੀਚੀ ਲੂਚੀ ਦਾ ਮਾਰ ਚੱਕਰ ਪੈ, ਉਹਨੂੰ ਨਾ ਤਾਂ ਕੋਈ ਐਂ ਲੀਚੀ ਮਾਰਨ ਦਾ ਡਰ ਆ, ਹਾਂ ਭਜਾਈ ਚੱਲ ਜਿੰਨੀ ਮਰਜ਼ੀ ਕੋਈ ਚੱਕਰ, ਠੀਕ ਆ, ਲਾਈਵ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਹੈ ਨਾ, ਇੱਕ ਬਜਟ ਵਾਲੀ ਜੀਪ ਤਿਆਰ ਕੀਤੀ ਆ, ਅਤੇ ਜੀਪ ਮੈਨੂੰ ਲੱਗਦਾ ਵੀ ਵੱਡੇ ਵੱਡੇ ਜਿਵੇਂ ਮਹਿੰਗੇ ਰੇਟਾਂ ਵਾਲੀਆਂ ਜੀਪਾਂ ਦੇ ਬਰਾਬਰ ਹੀ ਹੋਊਗਾ, ਇੰਜਣ ਗੇਅਰ ਹੀ ਹੁੰਦਾ, ਚਾਸੀ ਹੁੰਦੀ ਆ, ਸ਼ੋ ਲਿਆਓ ਕਹਿ ਲਾ, ਮੇਕਅਪ ਕਰਨਾ ਜਿੰਨਾ ਮਰਜ਼ੀ ਕਰ ਲਾ, ਮੈਨੂੰ ਲੱਗਦਾ ਹਾਂ ਉੱਤੇ ਲਾ ਲਾ ਜਿਹੜਾ ਮਰਜ਼ੀ ਲਾ ਲਾ, ਪਰ ਮੈਂ ਕਹਿੰਦਾ ਵੀ ਇਹੋ ਜਿਹੀ ਇੱਕ ਸਿੰਪਲ ਜਿਹੀ ਜੀਪ ਬਹੁਤ ਵਧੀਆ ਲੱਗਦੀ ਹੈ ਨਾ, ਅਤੇ ਬਾਕੀ ਬਈ ਸਿਰਾ ਐਂਡ ਗੱਲਬਾਤ ਆ, ਅਤੇ ਟਰੈਕਟਰਾਂ ਨੂੰ ਬਾਈ ਦਾ ਕੰਮ ਕਰਦੇ ਆਪਾਂ, ਵੀਡੀਓ ਪਾਉਣੇ ਰਹਿੰਦੇ ਹਾਂ, ਅਤੇ ਮੈਂ ਯਾਰ ਜੀਪ ਬਾਈ ਨੇ ਤਿਆਰ ਕਰੀ, ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂ ਹੈ ਨਾ, ਅਤੇ ਠੀਕ ਆ ਮਿੱਤਰੋ, ਧੰਨਵਾਦ, ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ।